ਆ ਸੀਸੀਟੀਵੀ ਵੀਡੀਓ ਅੰਮ੍ਰਿਤਸਰ ਦੇ ਅਜਨਾਲਾ ਦੀ ਹੈ। ਵੀਡੀਓ ਵਿੱਚ ਵਿਖਾਈ ਦੇ ਰਿਹਾ ਇਹ ਵਿਅਕਤੀ ਇੱਕ ਲੁਟੇਰਾ ਹੈ ਜੋ ਕਿ ਸੁਨਿਆਰੇ ਦੀ ਦੁਕਾਨ ਵਿੱਚੋਂ ਨਿਕਲ ਰਿਹਾ ਹੈ, ਜਿਸਨੇ ਦਿਨ ਦਿਹਾੜੇ ਹੀ ਸੁਨਿਆਰੇ ਨੂੰ ਲੁੱਟ ਲਿਆ ਹੈ। ਇਹ ਵਿਅਕਤੀ ਗ੍ਰਾਹਕ ਬਣ ਕੇ ਰਾਮ ਪਵਾਰ ਜਵੈਲਰਸ ਕੁੜ ਗਿਆ। ਪਹਿਲਾਂ ਤਾਂ ਇਸ ਵਿਅਕਤੀ ਨੇ ਇੱਕ ਚਾਂਦੀ ਦਾ ਸਿੱਕਾ ਮੰਗਿਆ ਅਤੇ ਉਸ ਤੋਂ ਬਾਅਦ ਛੋਟੀਆਂ ਵਾਲੀਆਂ ਦੀ ਵੀ ਮੰਗ ਵੀ ਰੱਖੀ। ਜਦੋਂ ਸੁਨਿਆਰਾ ਛੋਟੀ ਵਾਲੀਆਂ ਤਿਜੋਰੀ ਵਿੱਚੋਂ ਕੱਢ ਕੇ ਉਹਨੇ ਕੁੜ ਰੱਖੀਆਂ ਅਤੇ ਵਾਪਸ ਮੁੜ ਕੇ ਤਿਜੋਰੀ ਵਿੱਚ ਕੁਛ ਰੱਖਣ ਲੱਗਾ ਅਤੇ ਉਸ ਸਮੇਂ ਇਸ ਵਿਅਕਤੀ ਨੇ ਸੁਨਿਆਰੇ ਨੂੰ ਧੱਕਾ ਮਾਰ ਕੇ ਛੋਟੀ ਵਾਲੀਆਂ ਵਾਲਾ ਪੈਕਟ ਆਪਣੇ ਕੋਲ ਲੈ ਕੇ ਦੁਕਾਨ 'ਚੋਂ ਬਾਹਰ ਚਲਾ ਗਿਆ। ਵਾਲੀਆਂ ਦਾ ਪੈਕਟ ਦੀ ਕੀਮਤ 6 ਤੋਂ 7 ਲੱਖ ਹੈ। ਪੁਲਿਸ ਉੱਤੇ ਆਰੋਪ ਲਾਏ ਉਹਨਾਂ ਦੀ ਢਿੱਲ ਕਾਰਨ। ਕਹਿਣ ਲੱਗਾ ਕਿ ਮੈਨੂੰ ਇੱਕ ਚਾਂਦੀ ਦਾ ਸਿੱਕਾ ਚਾਹੀਦਾ, ਮੈਂ ਉਹਨੂੰ ਚਾਂਦੀ ਦਾ ਸਿੱਕਾ ਦਿੱਤਾ ਅਤੇ ਕਹਿੰਦਾ ਜੀ ਮੈਂ ਮਾਤਾ ਰਾਣੀ ਮੰਦਰ ਚੜ੍ਹਾਉਣਾ ਅਤੇ ਇਹ ਕਿੰਨੇ ਦਾ? ਮੈਂ ਕਿਹਾ ਜੀ 600 ਰੁਪਏ ਦਾ। ਕਹਿੰਦਾ ਜੀ ਇੱਕ ਮੈਨੂੰ ਵਾਲੀਆਂ ਦਿਓ ਛੋਟਾ ਜਿਹਾ ਜੋੜਾ। ਪਹਿਲਾਂ ਕਹਿਣ ਲੱਗਾ 1/2 ਗ੍ਰਾਮ ਸੋਨਾ ਚਾਹੀਦਾ, ਮੈਂ 1/2 ਗ੍ਰਾਮ ਸੋਨਾ ਨਹੀਂ ਹੁੰਦਾ। ਕਹਿੰਦਾ ਫਿਰ ਮੁਰਕੀਆਂ ਦੇ ਦਿਓ 1 ਗ੍ਰਾਮ ਦੀਆਂ 1/2 ਗ੍ਰਾਮ ਦੀਆਂ। ਮੈਂ ਉਹਨੂੰ ਮੁਰਕੀਆਂ ਦਿੱਤੀਆਂ ਨੇ ਅਤੇ ਕਹਿੰਦਾ ਕਿੰਨੇ ਪੈਸੇ? ਮੈਂ ਇੰਨੇ ਪੈਸੇ। ਕਹਿਣ ਲੱਗਾ ਲਓ 500 ਰੁਪਈਆ ਅਤੇ ਬਾਕੀ ਤੁਹਾਨੂੰ ਮੈਂ ATM 'ਚ ਕਢਾ ਕੇ ਪੈਸੇ ਦਿੰਦਾ ਅਤੇ ਪੇਟੀ ਖੁੱਲ੍ਹੀ ਹੈ। ਅਤੇ ਕਹਿੰਦਾ ਮੈਨੂੰ ਇੱਕ ਮੁੰਦਰੀ ਦਿਖਾਓ। ਮੈਂ ਮੁੰਦਰੀ ਤੁਹਾਨੂੰ ਦਿਖਾਉਂਦਾ। ਮੈਂ ਉਹਨੇ ਮੈਨੂੰ ਕਾਊਂਟਰ ਕਿਹਾ ਪਛਾਹ ਕਰ, ਮੈਂ ਕਾਊਂਟਰ ਕਿਉਂ ਪਛਾਹ ਕਰਾਂ? ਕਾਊਂਟਰ ਪਛਾਹ ਕਰਦਿਆਂ ਕਰਦਿਆਂ ਉਹਨੇ ਮੇਰੀ ਸਿੱਧੀ ਪੇਟੀ ਨੂੰ ਹੱਥ ਪਾਇਆ। ਮੈਂ ਉਹਦਾ 3 ਦਫ਼ਾ ਹੱਥ ਫੜ ਕੇ ਪਛਾਹ ਕੀਤਾ। ਉਹਦੇ ਹੱਥ ਉਹਦੇ ਵਿੱਚ ਪੈ ਗਿਆ, ਇੱਕ ਬੰਡਲ ਜਿਹੜਾ ਮੁੰਦਰੀਆਂ ਦਾ ਸੀ ਨਾ ਉਹ ਸਾਰਾ ਚੁੱਕ ਕੇ ਲੈ ਗਿਆ, ਧੱਕੇ ਮਾਰ ਕੇ। ਅਤੇ ਮੈਨੂੰ ਨਾਲ ਕਹਿ ਗਿਆ ਵੀ ਉੱਠੀ ਨਾ ਕੁੜੀ, ਜਿਹੜੀ ਮੁੰਦਰੀਆਂ ਦੀ ਜਿਹੜੀ ਕੋਈ 18 ਕੁ ਤੋਲੇ ਲੱਗੇ, 18 ਸਾਢੇ 18 ਤੋਲੇ ਲੱਗੇ ਮਾਲ ਹੈਗਾ ਸੀ ਜਿਹੜਾ ਉਹ ਲੈ ਕੇ। ਕਿੰਨੀ ਅਮਾਊਂਟ ਬਣਦੀ? ਪੌਂਤੀ ਲਾ ਲਓ, 35-36 ਹਜ਼ਾਰ ਦੀ ਭਾਵ ਆ ਤੋਲੇ ਦਾ, 6 ਲੱਖ ਲੱਗ ਪਹੁੰਚ ਗਿਆ ਜੀ। ਬੰਦਾ ਮੈਂ ਪਛਾਣ ਲਿਆ ਜੀ, ਬੰਦਾ ਮੈਂ ਵੀਡੀਓ ਦੇਖ ਲਈ ਆ ਜੀ, ਅਤੇ ਮੈਂ ਬੰਦਾ ਇਹੋ ਹੀ 100% ਉਹ ਤਦ ਪਛਾਣਿਆ। ਪਹਿਲਾਂ ਇੱਕ ਪਿਛਲੀ ਦੁਕਾਨ 'ਤੇ ਗਿਆ, ਬਬਲੂ ਨਾਮ ਆ ਜੀ ਉਹਦਾ, ਉਹਨੇ ਕਿਹਾ ਜੀ ਮੈਨੂੰ 1/2 ਗ੍ਰਾਮ ਸੋਨਾ ਚਾਹੀਦਾ, ਉਹਨੇ ਮੋੜਤਾ। ਫਿਰ ਉਹਨਾਂ ਦੇ ਨਾਲ ਲੱਗੇ ਸੰਧੂ ਡਾਕਟਰ ਸਾਹਿਬ ਦੀ ਦੁਕਾਨ ਆ, ਉਹਨਾਂ ਦੇ ਮੂਵੀ ਵਿੱਚ ਵੇਖਿਆ ਅਤੇ ਉਹ ਬੰਦਾ ਉਹ ਹੀ ਹੈ ਜੀ। ਅਮਨ ਜਿਵਲਰ ਦੇ ਮਾਲਕ ਨੇ ਕੰਪਲੇਂਟ ਕੀਤੀ ਆ ਕਿ ਮੈਂ ਸਵੇਰੇ ਆਣ ਕੇ ਦੁਕਾਨ ਖੋਲ੍ਹੀ ਹੈ ਅਤੇ ਛੋਟੇ ਇੱਕ ਬੈਗ ਦੇ ਵਿੱਚ ਮੇਰਾ ਕੁਛ ਜਿਵਲਰੀ ਦਾ ਸਮਾਨ ਸੀਗਾ, ਜਿਹੜਾ ਉੱਥੇ ਕੋਈ ਕਸਟਮਰ ਆਇਆ ਅਤੇ ਉਹ ਉਹਨੂੰ ਲੈ ਗਿਆ। ਉਹਦੇ ਸੰਬੰਧੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ, ਜੋ ਅੱਗੇ ਹਾਲਾਤ ਆਉਣਗੇ ਕਾਰਵਾਈ ਕੀਤੀ ਜਾਊ। ਦਿਨ ਦਿਹਾੜੇ ਹੋਈ ਇਸ ਲੁੱਟ ਕਾਰਨ ਮਾਰਕੀਟ ਵਿੱਚ ਇੱਕ ਡਰ ਦਾ ਮਾਹੌਲ ਬਣਿਆ ਹੋਇਆ, ਜਿਸ ਕਰਕੇ ਮਾਰਕੀਟ ਦੇ ਸਾਰੇ ਵਪਾਰੀ ਡਰ ਵਿੱਚ ਨੇ। ਬਿਊਰੋ ਰਿਪੋਰਟ ਅੰਮ੍ਰਿਤਸਰ, ਹਰਪ੍ਰੀਤ ਸਿੰਘ ਦੀ ਰਿਪੋਰਟ, ਸਾਹੀ ਟੀਵੀ। ਪਲੀਜ਼ ਲਾਈਕ ਐਂਡ ਸਬਸਕ੍ਰਾਈਬ ਦੇ ਚੈਨਲ।